ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡ ਪਿਆਰੇਆਣਾ ਤੋਂ ਮਾਣੇਕੇ ਨੂੰ ਜਾਂਦੀ ਸੜਕ ਉੱਪਰ ਉਸਾਰੇ ਜਾ ਰਹੇ ਪੁਲ ਦਾ ਮਾਮਲਾ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਪੰਜਾਬ ਮੰਡੀ ਬੋਰਡ ਵੱਲੋਂ ਇਹ ਪੁਲ ਪੁਰਾਣੇ ਪੁਲ ਦੀਆਂ ਨੀਹਾਂ ਉੱਪਰ ਹੀ ਉਸਾਰਿਆ ਜਾ ਰਿਹਾ ਹੈ ਜਦੋਂ ਪੰਜਾਬ ਮੰਡੀ ਬੋਰਡ ਦੇ ਐਕਸੀਐਨ ਪੁਰਾਣੇ ਪੁਲ ਦੀ ਫਾਊਂਡੇਸ਼ਨ ਵਰਤਣ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਪੁਰਾਣੇ ਪੁਲ ਦੀ ਫਾਊਂਡੇਸ਼ਨ ਮਜ਼ਬੂਤ ਹੈ ਇਸ ਕਰਕੇ ਹੀ ਪੁਰਾਣੀ ਫਾਊਂਡੇਸ਼ਨ ਤੇ ਨਵਾਂ ਪੁਲ ਉਸਾਰਿਆ ਜਾ ਰਿਹਾ ਹੈ